ਬਿਨਾਂ ਕਿਸੇ ਸ਼ੈਲਟਰ ਤੋਂ ਬਿਨਾਂ ਕਿਸੇ ਪ੍ਰਬੰਧ ਤੋਂ ਬਾਹਰ ਖੜ੍ਹੇ ਆ। ਇੱਕ ਪਾਸੇ ਇਹ ਲੋਕ ਆ ਅਤੇ ਦੂਜੇ ਪਾਸੇ ਆ ਚੋਰ ਦਰਵਾਜ਼ੇ ਦੇ ਰਾਹੀਂ ਅਫਸਰ ਸਾਹਿਬਾਨ ਜਿਹੜੀ ਹੁਕਮਰਾਨ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੂੰ ਖਿੜਕੀਆਂ ਦੇ ਵਿੱਚੋਂ ਅੰਦਰ ਸ਼ਾਮਿਲ ਕਰਾ ਰਹੇ। ਇਹਦੀ ਵੀਡੀਓ ਵੀ ਮਜੀਠਾ ਸਾਹਿਬ ਨੇ ਆਪ ਜਾਰੀ ਕੀਤੀ ਹੈ। ਇਹ ਫੋਟੋਆਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਚੋਰ ਦਰਵਾਜ਼ਿਆਂ ਦੇ ਰਾਹੀਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣੇ ਆ ਉਹਨਾਂ ਨੂੰ ਅੰਦਰ ਵਾੜਿਆ ਜਾ ਰਿਹਾ। ਆ ਸਾਰੀਆਂ ਤਸਵੀਰਾਂ ਵਿੱਚ ਚਿਹਰੇ ਵੀ ਨਜ਼ਰ ਆ ਰਹੇ ਆ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਅੰਦਰ ਵਾੜ ਰਹੇ ਆ। ਅਤੇ ਆਹ ਜਿਹੜੀ ਆਮ ਪਬਲਿਕ ਆ ਇਹ ਉਹਦਾ ਹਾਲ ਹੈ ਕਿ ਆਹ ਇੱਕ ਨੌਜਵਾਨ ਵੀ ਇੱਥੇ ਵਿੱਚ ਫੋਟੋ ਸੀ ਕਿ ਉਹ ਮੌਕੇ 'ਤੇ ਬੇਹੋਸ਼ ਹੋ ਗਿਆ ਵਿਚਾਰਾ। ਜੇ ਨੌਜਵਾਨ ਬੇਹੋਸ਼ ਹੋ ਰਹੇ ਆ ਤਾਂ ਫਿਰ ਤੁਸੀਂ ਆਪ ਹਿਸਾਬ ਲਾਓ ਕਿ ਬਾਕੀ ਜਿਹੜਾ ਕੀ ਹਾਲ ਆ। ਇਸੇ ਤਰ੍ਹਾਂ ਹੀ ਆਹ ਜਿਹੜੀ ਮੋਗੇ ਦੀ ਤਸਵੀਰ ਹੈ ਅਤੇ ਆਹ ਸਾਰੇ ਜਿਹੜੇ ਨਾਮਜ਼ਦਗੀ ਪੱਤਰ ਖਿਲਾਰ ਕੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਸੜਕਾਂ ਦੇ ਉੱਤੇ ਨਾਮਜ਼ਦਗੀ ਪੱਤਰ ਲੋਕਾਂ ਦੇ ਪਏ ਆ। ਇਹਦੀਆਂ ਵੀਡੀਓ ਵੀ ਮੈਂ ਤੁਹਾਨੂੰ ਬਾਅਦ ਦੇ ਵਿੱਚ ਦਿਖਾ ਦੇਣਾ। ਅਤੇ ਆਹ ਬੀਬੀ ਹੈ ਜਿਹੜੀ ਸ਼ਰੇਆਮ ਕਹਿ ਰਹੀ ਹੈ ਕਿ ਆਹ ਜਿਹੜੇ ਪੁਲਿਸ ਮੁਲਾਜ਼ਮ ਖੜ੍ਹੇ ਆ ਵੀ ਇਹਨਾਂ ਨੇ ਕੋਲ ਖੜ੍ਹ ਕੇ ਮੇਰੇ ਜਿਹੜੇ ਨਾਮਜ਼ਦਗੀ ਪੱਤਰ ਹੈ ਇਹ ਧਰਮਕੋਟ ਦੀ ਹੈ ਅਤੇ ਮੇਰੇ ਕੋਲ ਖੜ੍ਹ ਕੇ ਜਿਹੜੇ ਆ ਇਹਨਾਂ ਦੇ ਜਿਹੜੇ ਇਹ ਕਿਰਾਏ। ਆਹ ਮਮਦੋੜ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਗੇਟ ਬੰਦ ਨੇ ਅਤੇ ਲੋਕ ਬਾਹਰ ਧੱਕੇ ਖਾ ਰਹੇ ਆ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਅਤੇ ਚੋਰ ਰਸਤਿਆਂ ਦੇ ਰਾਹੀਂ ਜਿਹੜੇ ਆ ਉਹ ਬਾਕੀ ਅੰਦਰ ਵੜੇ ਜਾ ਰਹੇ। ਆਹ ਪੰਚਾਇਤ ਮੰਤਰੀ ਸਾਹਿਬ ਦਾ ਹਲਕਾ ਖੰਨਾ ਆ ਇੱਥੇ ਲੋਕ ਸੜਕਾਂ 'ਤੇ ਧਰਨਾ ਲਾ ਕੇ ਉਮੀਦਵਾਰ ਬੈਠੇ ਆ ਕਿ ਅੱਜ ਤੱਕ ਉਹਨਾਂ ਨੂੰ ਜਿਹੜਾ ਨਾ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਾ NOC ਦਿੱਤੀ ਗਈ ਆ ਔਰ ਲੋਕ ਇੱਥੇ ਆ ਕੇ ਜਿਹੜਾ ਹੈਗਾ ਉਹ ਧਰਨਾ ਦੇ ਕੇ ਅਤੇ ਸੜਕਾਂ ਜਾਮ ਕਰਕੇ ਜਿਹੜੇ ਆ ਉਹ ਬੈਠੇ ਆ। ਇਹ ਅੱਜ ਦੀ ਤਸਵੀਰ ਹੈ। ਇਹ ਪੰਚਾਇਤ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਆ ਇਹ ਉਹਨਾਂ ਦੇ ਹਲਕੇ ਦੀ ਆ ਔਰ ਜਲਾਲਾਬਾਦ ਦੇ ਵਿੱਚ ਨਵੇਂ ਹੱਥਕੰਡੇ ਵਰਤੇ ਗਏ ਕਿ ਡੰਮੀ ਕੈਂਡੀਡੇਟ ਬਣਾ ਕੇ ਉਹਨਾਂ ਦੇ ਹੱਥ ਦੇ ਵਿੱਚ ਆ ਪੱਤਰਕਾਰਾਂ ਨੇ ਖੁਲਾਸਾ ਕੀਤਾ ਉੱਥੇ ਸਾਹਮਣੇ ਆ ਖਾਲੀ ਉਹਨਾਂ ਦੇ ਨਾਮਜ਼ਦਗੀ ਪੱਤਰ। ਉੱਦਾਂ ਹੀ ਉਹਨਾਂ ਨੂੰ ਫਾਈਲ ਫੜਾ ਦਿੱਤੀ ਕਿ ਤੁਸੀਂ 200-300 ਬੰਦਾ ਲਾਈਨ 'ਚ ਲੱਗ ਜਾਓ ਅਤੇ ਆਪਾਂ ਹੋਰ ਕਿਸੇ ਨੂੰ ਨੋਮੀਨੇਸ਼ਨ ਜਿਹੜੇ ਆ ਉਹ ਦਾਖਲ ਨਹੀਂ ਕਰਦੇ। ਹੱਥਕੰਡੇ ਵੇਖੋ ਹਰ ਥਾਂ 'ਤੇ ਵੱਖਰੇ ਵੱਖਰੇ ਆ। ਇਹ ਅਸੀਂ ਨਹੀਂ ਇਹ ਪੱਤਰਕਾਰ ਨੇ ਖੁਲਾਸਾ ਜਿਹੜਾ ਉਹ ਕੀਤਾ। ਇਸ ਲਈ ਅਸੀਂ ਵੀਡੀਓ ਦੀ ਵੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਦਿਖਾ ਕੇ ਆਏ ਹਾਂ ਉਹਨਾਂ ਨੂੰ ਕਿ ਕੀ ਹਾਲਤ ਹੈ ਕਿ ਇਹ ਤੁਸੀਂ ਦੱਸੋ ਵੀ ਲੋਕ ਕਿੱਥੇ ਜਾਣ। ਬੰਦਾ ਦੱਸ ਰਿਹਾ ਵੀ ਸ਼ਰੇਆਮ ਗੋਲੀਆਂ ਚੱਲੀਆਂ ਅਤੇ ਲੋਕ ਭੈ ਭੀਤ ਹੋ ਗਏ ਅਤੇ ਸਾਰਿਆਂ ਦੇ ਜਿਹੜੇ ਉਹਨਾਂ ਨੇ ਫੜ ਕੇ ਜਿਹੜੇ ਆ ਉਹ ਪਾੜ ਦਿੱਤੇ। ਅਤੇ ਆਹ ਜਿਹੜੀ ਬੀਬੀ ਆ
ਆ ਬੀਬੀ ਸ਼ਰਮ ਕਹਿ ਰਹੀ ਆ ਕਿ ਆਹ ਪੁਲਿਸ ਵਾਲੇ ਆ ਜਿਨ੍ਹਾਂ ਨੇ ਮੇਰੀਆਂ ਫਾਈਲਾਂ ਖੋਹੀਆਂ, ਸਬੂਤ ਹੈ ਨਾਲ ਦੀ ਨਾਲ। ਇਹ ਵੀਡੀਓ ਅਸੀਂ ਤੁਹਾਨੂੰ ਜਾਰੀ ਵੀ ਕੀਤੀਆਂ। ਆਹ ਹਾਲਾਤ ਆ ਮੋਗੇ ਦੇ, ਜਿਹੜੇ ਸੜਕਾਂ ਦੇ ਉੱਤੇ ਡੋਮੀਨੇਸ਼ਨ ਜਿਹੜੇ ਪੱਤਰ ਆ ਉਹ ਸਾਰੇ ਖਿਲਰੇ ਹੋਏ ਆ। ਤੁਹਾਡੇ ਸਾਹਮਣੇ ਸਾਇਰਨ ਵੱਜ ਰਹੇ ਆ ਪੁਲਿਸ ਦੇ ਲੋਕਾਂ ਨੂੰ ਭਜਾਉਣ ਵਾਸਤੇ, ਪਰ ਫੜਨ ਵਾਲਾ ਕੋਈ ਨਹੀਂ। ਜਿਹੜੀਆਂ ਇਸੇ ਤਰ੍ਹਾਂ ਇਹ ਜਿਹੜੇ ਡੰਮੀ ਉਮੀਦਵਾਰ ਆ ਖਾਲੀ ਫਾਇਦਾ ਲੈ ਕੇ ਉਹਨੂੰ ਪੁੱਛ ਰਿਹਾ ਕਿਹੜੀ ਪਾਰਟੀ ਦੇ, ਕਹਿੰਦਾ ਆਮ ਆਦਮੀ ਪਾਰਟੀ ਦੇ। ਤੇ ਖਾਲੀ ਫਾਈਲਾਂ ਕਿਸੇ ਕੋਲ ਹੈ ਨਹੀਂ, ਖਾਲੀ ਕਾਗਜ਼ ਹੈ। ਤੇ ਹੁਣ ਹਾਲਤ ਕੀ ਹੈ ਵੀ ਸਾਰਾ ਕੋਈ ਸਿਸਟਮ ਫੇਲ ਹੋ ਗਿਆ ਤੇ ਲੋਕੀ ਰੱਬ ਆਸਰੇ ਸਤਨਾਮ ਵਾਹਿਗੁਰੂ ਕਰਦੇ ਪਏ ਥਾਂ ਥਾਂ ਤੇ। ਇਸ ਕਰਕੇ ਅਸੀਂ ਹੁਣ ਕਮਿਸ਼ਨ ਨੂੰ ਬੇਨਤੀ ਕਰਕੇ ਆਏ ਹਾਂ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਜਿੱਥੇ ਜਿੱਥੇ ਹੋਈਆਂ, ਇਹ ਹਾਲੇ ਥੋੜ੍ਹੀਆਂ ਘਟਨਾਵਾਂ ਅਸੀਂ ਜ਼ਿਕਰ ਕਰ ਰਹੇ ਹਾਂ, ਬਹੁਤ ਸਾਰੀਆਂ ਘਟਨਾਵਾਂ ਤੁਸੀਂ ਆਪ ਵੀ ਮੀਡੀਆ ਨੇ ਜ਼ਿਕਰ ਕੀਤਾ। ਇੱਕ ਤਾਂ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਜਿਹੜੇ ਲੋਕ ਲਾਈਨਾਂ 'ਚ ਲੱਗੇ ਆ ਉਹ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜਿੰਨੀ ਦੇਰ ਤੱਕ ਸਾਰੇ ਬੰਦੇ ਨੋਮੀਨੇਸ਼ਨ ਜਿਹੜੇ 3 ਵਜੇ ਤੱਕ ਲਾਈਨ 'ਚ ਲੱਗੇ ਸੀ ਉਹ ਨਹੀਂ ਫਾਈਲ ਕਰ ਲੈਂਦੇ, ਉਨੀ ਦੇਰ ਤੱਕ ਕੰਮ ਜਿਹੜਾ ਚੱਲਦਾ ਰਹੇਗਾ। ਇਸ ਕਰਕੇ ਹੁਣ ਦੇਖਦੇ ਹਾਂ ਕਿ ਥੱਲੇ ਪ੍ਰਸ਼ਾਸਨ ਕਿੰਨਾ ਕੁ ਪਹਿਰਾ ਦਿੰਦਾ, ਪਰ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਮੈਂ ਹੁਕਮ ਕਰ ਦਿੱਤੇ ਆ ਕਿ ਜਿਹੜਾ 3 ਵਜੇ ਤੱਕ ਲਾਈਨ 'ਚ ਲੱਗਿਆ ਭਾਵੇਂ ਅੱਧੀ ਰਾਤ ਹੋ ਜਾਵੇ ਉਹਦੇ ਨਾਮੀਨੇਸ਼ਨ ਪੇਪਰ ਜਿਹੜੇ ਆ ਉਹ ਦਰਜ ਕਰਨਗੇ। ਹੁਣ ਉੱਥੇ ਦੇਖਦੇ ਹਾਂ ਕਿ ਥੱਲੇ ਡਿਪਟੀ ਕਮਿਸ਼ਨਰ ਸਾਹਿਬਾਨ ਅਤੇ SSP ਸਾਹਿਬਾਨ ਅਤੇ ਬਾਕੀ ਅਫਸਰ ਸਾਹਿਬਾਨ ਕਿੰਨਾ ਕੁ ਕੰਮ ਕਰਦੇ। ਦੂਜੀ ਅਸੀਂ ਬੇਨਤੀ ਕੀਤੀ ਹੈ ਕਿ ਸਾਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਾਓ ਅਤੇ ਜਿਹੜੇ ਦੋਸ਼ੀ ਅਫਸਰ ਆ ਜਿਨ੍ਹਾਂ ਨੇ ਡੈਮੋਕ੍ਰੇਸੀ ਦਾ ਮਰਡਰ ਹੋਣ ਦੇ ਵਿੱਚ ਰੋਲ ਪਲੇਅ ਕੀਤਾ ਉਹਨਾਂ 'ਤੇ ਸਖ਼ਤ ਅਨੁਸ਼ਾਸਨੀ ਜਿਹੜੀ ਕਾਰਵਾਈ ਆ ਉਹ ਕਰੋ ਤਾਂ ਜਾ ਕੇ ਅੱਗੇ ਤੋਂ ਸਿਸਟਮ ਠੀਕ ਹੋਏਗਾ। ਔਰ ਤੀਜਾ, ਜਿਨ੍ਹਾਂ ਥਾਵਾਂ 'ਤੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਉਹਨਾਂ ਦਾ ਅਸੀਂ ਕਿਹਾ ਕਿ ਉਹਨਾਂ ਦੇ ਦਿਨ ਵਧਾਏ ਜਾਣ ਕਿ ਉਹਨਾਂ ਨੂੰ ਫਾਲਤੂ ਦਿਨ ਦਿੱਤੇ ਜਾਣ, ਉੱਥੇ ਬਾਕੀ ਪ੍ਰਕਿਰਿਆ ਹਾਲੇ ਬਦਲ ਦਿੱਤੀ ਜਾਵੇ, ਪਹਿਲਾਂ ਨੋਮੀਨੇਸ਼ਨ ਦੀ ਪ੍ਰਕਿਰਿਆ ਉਹਨਾਂ ਦੀ ਫਿਰ ਸਟਾਰਟ ਕੀਤੀ ਜਾਵੇ ਤਾਂ ਜੋ ਸਾਰੇ ਲੋਕ ਜਿਹੜਾ ਆਪਣੇ ਹੱਕ ਦਾ ਇਸਤੇਮਾਲ ਕਰ ਸਕਣ, ਨਹੀਂ ਤਾਂ ਇਹ ਲੋਕਾਂ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੋਏਗੀ। ਔਰ ਜਿਹੜੀ ਹੋਰ ਅਸੀਂ ਬੇਨਤੀ ਕੀਤੀ ਹੈ ਕਿ ਕੱਲ੍ਹ ਫਿਰ ਬੜਾ ਖਤਰਨਾਕ ਦਿਨ ਆ, ਕੱਲ੍ਹ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੈ। ਅਸੀਂ ਵਾਰ ਵਾਰ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਆਏ ਹਾਂ ਕਿ ਸਾਨੂੰ ਪੂਰੀਆਂ ਪੁਖਤਾ ਸਾਡੇ ਕੋਲ ਜਾਣਕਾਰੀ ਹੈ ਕਿ ਕੱਲ੍ਹ ਧੱਕੇਸ਼ਾਹੀ
ਧੱਕੇ ਨਾਲ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ। ਅਸੀਂ ਫਿਰ ਬੇਨਤੀ ਕਰਕੇ ਆਏ ਹਾਂ ਕਿ ਵੀਡੀਓਗ੍ਰਾਫੀ ਕਰਾਓ ਤਾਂ ਜੋ ਅੰਦਰ ਕੀ ਹੋਇਆ ਉਹਦੀ ਸਾਰੀ ਜਾਣਕਾਰੀ ਜਿਹੜੀ ਆ ਉਹਦੇ ਸਬੂਤ ਤਿਆਰ ਹੋ ਸਕਣ। ਇਸ ਕਰਕੇ ਅਸੀਂ ਬੇਨਤੀ ਕਰਕੇ ਆਏ ਹਾਂ, ਹੁਣ ਦੇਖਦੇ ਹਾਂ ਕਿ ਉਹਦੇ 'ਤੇ ਕਿੰਨਾ ਕੁ ਅਸਰ ਹੁੰਦਾ। ਹਾਈਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਕਿ ਵੀਡੀਓਗ੍ਰਾਫੀ ਕਰਾਵਾਂਗੇ। ਇਹਨਾਂ ਦਾ ਜਿਹੜਾ ਵਕੀਲ ਸੀ ਇੱਕ ਰਿੱਟ ਚੱਲਦੀ ਸੀ, ਪਰ ਉਹਦੇ 'ਤੇ ਸਰਕਾਰ ਅਮਲ ਕਰਦੀ ਹੈ ਕਿ ਨਹੀਂ ਕਰਦੀ ਇਹ ਤਾਂ ਹੁਣ ਕੱਲ੍ਹ ਪਤਾ ਲੱਗੇਗਾ। ਔਰ ਮੈਂ ਜਿਹੜੇ ਤੁਹਾਨੂੰ ਮੀਡੀਆ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ, ਚਲੋ ਤੁਸੀਂ ਅੱਜ ਚੰਗਾ ਪਹਿਰਾ ਦਿੱਤਾ ਕਿ ਸਾਰੀਆਂ ਘਟਨਾਵਾਂ ਨੂੰ ਜਿਹੜਾ ਉਹ ਜਨਤਕ ਕੀਤਾ, ਕੱਲ੍ਹ ਨੂੰ ਵੀ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰੋ। ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਕੱਲ੍ਹ ਪੜਤਾਲਾਂ ਦਾ ਸਮਾਂ, ਜਿਹੜੀ ਧੱਕੇਸ਼ਾਹੀ ਹੋਏ ਉੱਥੇ ਸਾਰੇ ਮੀਡੀਆ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ। ਸਭ ਦਾ ਬਹੁਤ ਬਹੁਤ ਧੰਨਵਾਦ। ਸਾਰਾ ਕੀ ਆ ਰਹੀ।